ਕੀ ਹਾਲ ਚਾਲ ਜੀ? ਵਧੀਆ ਠੀਕ ਠਾਕ। ਵੀਡੀਓ ਨੂੰ ਕਰੋ ਸ਼ੇਅਰ, ਲਾਈਕ, ਕਮੈਂਟ, ਚੈਨਲ ਨੂੰ ਕਰੋ ਸਬਸਕ੍ਰਾਈਬ। ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ, ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ। ਅਤੇ ਤਿੰਨੇ ਇੰਸਟਾ, ਫੇਸਬੁੱਕ ਅਤੇ ਯੂਟਿਊਬ 'ਤੇ ਕਰ ਲਓ ਚੈਨਲਾਂ ਨੂੰ ਸਬਸਕ੍ਰਾਈਬ। ਲਓ ਜੀ ਦੇਖੋ, ਅਤੇ ਹਵਾ ਵੀ ਖੜ ਗਈ ਟਾਇਰ 'ਚ ਇਹਦੇ। ਆਪਾਂ ਐਨਾ ਬੌਂਡ ਲਾਤੀ ਤੀ ਦੋਵੇਂ ਪਾਸੇ, ਹੁਣ ਲੀਕ ਵੀ ਨਹੀਂ ਹੁੰਦੀ ਚੰਗੀ ਤਰ੍ਹਾਂ ਧੋ ਕੇ। ਬਾਕੀ ਇਹਦਾ ਲਿਆਂਦਾ ਕੰਮ ਕਰਾ ਕੇ ਸਾਰਾ, ਵਿੱਚੋਂ ਪਲੇਟਾਂ ਪਲੂਟਾਂ ਲਵਾਈਆਂ ਨੇ ਸਾਈਡਾਂ ਨਵੀਆਂ, ਦੇਖੋ ਦੋਵੇਂ ਪਾਸੇ, ਇੱਧਰ ਵੀ ਇੱਧਰ ਵੀ। ਅਮਲੋ ਫੋਰਮੈਨ ਸਾਹਿਬ ਤੋਂ ਆਹ ਦੇਖੋ ਓਕੇ ਦੀ ਰਿਪੋਰਟ। ਬਾਕੀ ਕੰਮ ਰਹਿੰਦਾ ਹੁਣ ਜੌਨੀ ਬਾਈ ਦਾ, ਜੌਨੀ ਆਇਆ ਨਹੀਂ ਹੈਗਾ, ਸਮਾਨ ਲਿਆਂਦਾ ਪਿਆ ਅਤੇ ਕਰ ਦੂਗਾ ਫਿੱਟ ਦੋਵੇਂ ਵੇਲਰਾਂ ਨੂੰ ਚੰਗੀ ਤਰ੍ਹਾਂ। ਉਹਨੇ ਆਹ ਨਟ ਨੁੱਟ ਪਾ ਤੇ ਸਾਈਡਾਂ 'ਤੇ, ਆਹ ਦੇਖੋ ਨਵੀਂ ਸਾਈਡ ਘਾਸ ਕੀਤੀ, ਇਹ ਵੀ ਲਵਾਤੀ ਸਾਈਡ ਵੀ ਕਰਤੀ ਓਕੇ। ਬਾਕੀ ਜਿਹੜਾ ਹੋਰ ਸਮਾਨ ਆ ਸਾਰਾ ਕਰਾਉਂਦੇ ਹਾਂ ਚੈੱਕ। ਖੋਲਿਆ ਪਿਆ ਦੇਖੋ, ਆਦੇ ਅੰਦਰ ਵੀ ਲਵਾਤੀ ਚਾਰ ਮੁਢਲੀ ਸਾਈਡ, ਉਰੇ ਅਨਾ ਗਿਆ ਹੋਇਆ ਸਾਈਡ 'ਤੇ ਗੰਡਾਸਾ। ਬਾਕੀ ਸਮਾਨ ਗਿਆ ਹੋਇਆ ਕੁਛ ਉੱਪਰਲਾ, ਜਿਵੇਂ ਸਾਲੀਆਂ ਸੁਣੀਆਂ ਨੇ। ਆਹ ਦੇਖੋ ਇਹਨੂੰ ਲਾਤਾ ਸਰੀ ਗਿਆ ਨੇ, ਛੋਟੀ ਹੋ ਜਾਂਦੀ ਆ ਘੱਸ ਕੇ, ਸਰੀਆ ਤਾਂ ਲਾ ਇਹਨੂੰ। ਅਤੇ ਹੁਣ ਮਾਲ ਪੂਰਾ ਧੱਕੂਗੀ ਇਹ, ਜਿੰਨਾ ਵੀ ਨਿੱਕਾ ਮੋਟਾ ਕੰਮ ਤੀ ਸਾਰੇ ਕਰਤੇ ਆ ਦੇਖੋ। ਮੌਸਮ ਦੇਖੋ ਅੱਜ ਫਿਰ ਇੱਦਾਂ ਦਾ ਹੋ ਗਿਆ, ਬੱਦਲ ਵਾਈ ਹੋਈ ਖੜੀ ਆ, ਗਹਿਰ ਜੀ ਬਣੀ, ਗਵਾਰੀ ਜੀ ਬਣ ਜਾਂਦੀ ਆ ਰੋਜ਼ ਹੀ ਮਿੱਤਰੋ। ਆਹ ਲੱਗੇ ਵੀ ਨੇ ਚਕੋਤਰੇ ਆਪਣੇ, ਇਹ ਬਹੁਤ ਬੜੇ ਬੜੇ ਹੋ ਜਾਂਦੇ ਨੇ ਮਿੱਤਰੋ, ਦੇਖੋ ਕਿੱਡੇ ਕਿੱਡੇ ਹੋ ਗਏ। ਅਰੇ ਜੀ ਮਿੱਤਰੋ 26 ਆ ਜੀ ਇਹ ਪਲਾਟ ਲੱਗਿਆ ਆਪਣਾ 23 ਤਰੀਕ ਵਾਲਾ, ਆ ਗਈ ਜੀ ਭਗੋਲੇ 'ਚ ਰੇਹ ਪੱਤ ਤਾਂ ਹੋ ਗਏ ਇਹਦੇ ਪੂਰੇ, ਹੁਣ ਚੱਲਣਗੀਆਂ ਸਪਰੇਹਾਂ ਇਹਦੇ 'ਤੇ ਜੋ ਵੀ ਹੋਣੀਆਂ ਨੇ ਇੱਕ ਦੋ। ਝੋਨੇ ਤਾਂ ਓਕੇ ਆ, ਰਿਪੋਰਟ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਜਿੱਦਾਂ ਦਾ ਹੈਗਾ। ਲਓ ਇੱਧਰ ਦੇਖੋ ਇਹ 'ਚ ਰਹਿੰਦਾ ਹਲੇ ਇੱਕ, ਇਹ ਹੈ ਵੀ ਛੋਟੀ ਹੋ ਲੇਟ, ਵਿੱਚ ਵਿੱਚ ਇਸ ਵਾਰ 3 ਰੇ ਪੈ ਗਏ, ਵਿੱਚ ਵਿੱਚ 4 ਵੀ ਪੈ ਗਏ ਮਿੱਤਰੋ ਕਈ ਪਲਾਟਾਂ 'ਚ। ਜਿਹੜੀਆਂ ਜਿਹੜੇ ਝੋਨੇ ਨਹੀਂ ਤਰੀਕੇ ਨਾਲ ਤੁਰੇ ਉਹਦੇ 'ਚ 4 ਵੀ ਪੈ ਗਏ, ਨਹੀਂ 3 ਤਾਂ ਪੈਂਦੇ ਹੀ ਪੈਂਦੇ ਨੇ। ਚਲੋ ਵਿੱਚ ਵਿੱਚ ਜ਼ਿਮੀਂਦਾਰਾਂ ਨੇ 5 ਵੀ ਪਾਏ ਨੇ ਜੀ ਆਪਣੇ, ਉਹੀਓ ਸਿੱਟੀ ਜਾਂਦੇ ਨੇ, ਸਮਝ ਤੋਂ ਬਾਹਰ ਆ ਕੰਮ ਕਹਾਣੀ, ਜਿੱਦਾਂ ਲੱਗੀ ਆ ਉੱਦਾਂ ਹੀ ਆਉਣੀ ਆ। ਦੂਏ ਨੂੰ ਦੇਖ ਕੇ ਵੀ ਉਹਦੀ ਏਕਣ ਖੜੀ ਆ, ਐਂ ਨਹੀਂ ਦੇਖਦੇ ਵੀ ਕਿਹੜੀ ਤਰੀਕ ਨੂੰ ਲੱਗੀ ਆ ਜਾਂ ਕਿੱਦਾਂ ਲੱਗੀ ਆ। ਕਈ ਵਾਰੀ ਖੇਤ ਦੀ ਤਸਵੀਰ ਦਾ ਫਰਕ ਹੁੰਦਾ ਮਾੜਾ ਮੋਟਾ। ਚੱਲਦੀ ਆ ਮਿੱਤਰੋ, ਲਾਈਟ ਆਈ ਵੀ ਆ, ਇੱਕੋ ਚਲਾਈ ਵੀ ਆ, ਕਿਉਂਕਿ ਨੀਚੇ ਵਾਲੇ 6 ਖੇਤਾਂ ਨੂੰ ਪਾਣੀ ਜਾਂਦਾ, ਬਾਕੀ ਦਾ ਤਕਰੀਬਨ ਸਾਰਾ ਬੰਦੇ ਕਰਿਆ ਹੋਇਆ ਪਾਣੀ, ਉਹਦੇ ਕਰਕੇ ਇੱਕੋ ਚਲਾਈ ਵੀ ਆ। ਉਹ ਜਿਹੜੇ ਡੁੱਬੇ ਖੜ੍ਹੇ ਸੀ 6 ਖੇਤ, ਉਹਨਾਂ ਨੂੰ ਪਾਣੀ ਜਾਂਦਾ, ਉਹ ਲੇਟ ਲੱਗੇ ਨੇ ਨਾ ਉਰੇ, ਬਾਕੀ ਤਾਂ ਸਾਰੀ ਜੀਰੀ ਪਾਰੇ ਹੋ ਗਈ। ਮੌਸਮ ਅੱਜ ਸਵੇਰ ਦਾ ਫਿਰ ਬੱਦਲਬਾਈ ਹੋਇਆ ਵਾ, ਦੇਖੋ ਸੂਰਜ ਨਿਕਲਿਆ ਤਾਂ ਹੈ। ਆਹ ਚੱਲਦੇ ਨੇ ਤਿੰਨੇ ਮੁਲਾਜ਼ਮ ਆਪਣੇ, 4 ਹੋ ਗਏ ਜੀ। ਇਹ ਜਿਹੜਾ ਮਾੜਾ ਮੋਟਾ ਕੋਈ ਕੱਖ ਹੈ, 4 ਖੇਤਾਂ 'ਚ ਲੱਗੇ ਹੋਏ ਨੇ, ਇੱਧਰ ਲਾਈਨ ਬਾਰ ਕਿਆਰੇ 'ਚ ਪਹਿਲੇ ਕਿਆਰੇ 'ਚ ਚੱਲਦੇ ਨੇ, ਫੜ ਦੇਣਗੇ ਮੋਟੇ ਮੋਟੇ ਜੋ ਵੀ ਹੋਣਗੇ, 5-4 ਡੱਕੇ 2-4% ਹੁੰਦੇ ਨੇ ਮੋਟੇ ਕੱਖ, ਫੜ ਦੇਣਗੇ। ਆਹ ਪਲਾਟ ਤਾਂ ਇੱਧਰੋਂ ਸਾਫ ਨੇ, ਆਹ ਦੇਖੋ
ਇਹ ਵੀ ਲੇਟ ਵੈਰਾਈਟੀ ਆਪਣੀ ਲਾਈ ਵੀ ਛੱਬੀ ਹੋਵੇ ਵੀ ਥਾ ਮੁਲਾਜ਼ਮ ਆਪਣਾ ਸਪਰੇ ਕਰਦਾ ਵੱਟਾਂ ਦੇ ਆਲੇ ਦੁਆਲੇ ਜਿਹੜੇ ਕੱਖ ਨੇ ਫੂਕਣ ਦੀ ਆਹ ਲੱਗਿਆ ਹੋਇਆ ਭੱਠੇ ਵਾਲੇ ਖੇਤ 'ਤੇ ਆਏ ਵੇ ਅਤੇ ਗੇੜਾ ਮਾਰਨ ਡਲਣ ਬਾਈ ਉਰੇ ਲੱਗਿਆ ਹੋਇਆ ਆਹ ਦੇਖੋ ਆਹ ਫਿਰਦਾ ਢੋਲੀ ਚੁੱਕੀ ਆਹਦੇ ਸਫਾਈ ਕਰੀ ਹੋਣੀ ਆਲੇ ਦੁਆਲੇ ਵੱਟਾਂ ਦੇ ਮਾਰ ਦੂ ਹੁਣ ਵੀ ਕੱਖ ਨਾ ਹੋਵੇ ਫਿਰ ਪਲ ਜੂ ਜਾਨੂ ਜੀ ਇਹ ਵੀ ਓਕੇ ਰਿਪੋਰਟ ਆ ਜੀ ਝੋਨਾ ਹਾਲੇ ਤੱਕਣਾ ਆਪਣੇ ਏਰੀਏ 'ਚ ਸਾਰੇ ਹੀ ਵਧੀਆ ਖੜ੍ਹੇ ਨੇ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੀ ਵਧੀਆ ਫਸਲ ਖੜ੍ਹੀ ਆ ਸਾਰੀ ਉਹ ਫਤਿਹਗੜ੍ਹ ਸਾਹਿਬ ਜ਼ਿਲ੍ਹੇ 'ਚ ਸਾਰੇ ਵੀਰਾਂ ਦਾ ਇੱਦਾਂ ਹੀ ਹੋਣਾ ਚਾਹੀਦਾ ਮਿੱਤਰੋ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ ਬਾਬਾ ਨਾਨਕ ਜ਼ਿਮੀਂਦਾਰ ਕਿਸਾਨ ਭਰਾਵਾਂ 'ਤੇ ਸਾਰਿਆਂ 'ਤੇ ਮਜ਼ਦੂਰਾਂ 'ਤੇ ਜਿੰਨੇ ਵੀ ਮਿਹਨਤ ਕਰਦੇ ਨੇ ਵੀਰ ਸਾਰਿਆਂ 'ਤੇ ਹੀ ਬਹੁਤ ਵਧੀਆ ਬੂਝਾ ਇਹ ਜਿਹੜੇ ਹਿਸਾਬ ਨਾਲ ਜ਼ਮੀਨ ਮਾੜੀ ਆ ਉਸ ਹਿਸਾਬ ਨਾਲ ਬਹੁਤ ਜ਼ਿਆਦਾ ਵਧੀਆ ਇਹ ਆਪਾਂ ਅੱਗੇ ਵੀ ਤੁਹਾਨੂੰ ਦੱਸਿਆ ਵੀ ਭੱਠੇ ਨੂੰ ਪਟਾਈ ਵੀ ਤੀ ਅਗਲੇ ਨੇ ਆਪਾਂ ਇਹਦੇ 'ਚ 5 ਫੁੱਟ ਸਵਾਹ ਪਾ ਕੇ ਫੈਕਟਰੀ ਦੀ 1.5-2 ਫੁੱਟ ਮਿੱਟੀ ਪਾਈ ਵੀ ਆ ਥੱਲਿਓ ਹੀ ਇਹਦੇ ਵਿੱਚ ਵੀ ਰੋਡ ਨੇ ਆਹ ਦੇਖੋ ਜਿੰਨੀ ਮਾੜੀ ਜ਼ਮੀਨ ਤੀ ਉਹਦੇ ਨਾਲ ਕਿਤੇ ਵਧੀਆ ਫਸਲ ਹੁੰਦੀ ਆ ਇਹਦੇ 'ਚ ਜਿੰਨੀ ਮਾੜੀ ਤੀਗੀ ਕਾਲੀ ਸਵਾਹ ਪਾਈ ਵੀ ਆਪਾਂ ਫੈਕਟਰੀ ਦੀ ਜਿਹੜੀ ਆ ਫੈਕਟਰੀ ਲੱਗੀ ਹੋਈ ਹੈ ਗੱਠਾਂ ਵਾਲਾ ਪਲਾਂਟ ਆਪਣੇ ਲਵੇ ਆਹ ਪਲਾਂਟ ਦੀ 1.5 ਸਾਲ ਕੰਮ ਚੱਲਿਆ ਲਗਾਤਾਰ ਮਿੱਤਰੋ ਦੇਖੋ ਆਹ ਵੀ ਝੋਨਾ ਵਧੀਆ ਖੜ੍ਹਾ ਆਪਣੀ ਪੋਲੀ ਚੱਲਦੀ ਤੀ ਜਿਹੜੀ ਉਹ ਇਹ ਪਾਣੀ ਚੱਲਦਾ ਤੀ ਦੇਖੋ ਸਾਹਮਣੇ ਅਤੇ ਇਹਦੀ ਵੀ ਓਕੇ ਆ ਰਿਪੋਰਟ ਇਹਦੇ ਵੀ ਮਿੱਤਰੋ ਰੇਹ ਮੁੱਕ ਗਏ ਹੋ ਗਏ ਪੂਰੇ ਆਹ ਡੇਕ ਹੋ ਗਈ ਆਪਣੀ ਜਿਹੜੀ ਵੀਰ ਮੂਸੇ ਵਾਲੇ ਬਾਈ ਦੇ ਨਾਂ 'ਤੇ ਲਾਈ ਤੀ ਇਹ ਕਿਸੇ ਨੇ ਟੂਸਾ ਤੋੜਤਾ ਸੀਗਾ ਉੱਪਰੋਂ ਜਦ ਇਹ ਲਾਈ ਤੀ ਪਹਿਲਾਂ ਇਹ ਸਿੰਗਲ ਸੀਗੀ ਸਿਰ ਤੋੜਤਾ ਕਿਸੇ ਨੇ ਉਹ ਤੋਂ ਬਾਅਦ ਡਬਲ ਹੋ ਗਈ ਆ ਦੇਖੋ ਬਹੁਤ ਵਧੀਆ ਜਾਂਦੀ ਆ ਵੱਧਦੀ ਆ ਵੀ ਮਾਰੋ ਮਾਰ 3-4 ਦਰਖਤ ਲਾਏ ਤੀ ਆਪਾਂ ਦੇਖਾਂ ਹੀ ਲਾਈਆਂ ਤੀ ਸਾਰੀਆਂ ਹੀ 2 ਪਰੇ ਖੜੀਆਂ ਨੇ ਉਹ ਆਪਾਂ ਸਮਝ ਲਓ ਇਹਦੇ ਜਿੱਡੀਆਂ ਪੱਟ ਕੇ ਲਿਆ ਕੇ ਵੱਡੀਆਂ ਲਾਈਆਂ ਸੀਗੀਆਂ ਬਹੁ ਪੱਟਣੀਆਂ ਤੀ ਕਿਸੇ ਨੇ ਸਿੱਟਣੀਆਂ ਤੀ ਆਪਾਂ ਉੱਥੇ ਪਹੁੰਚ ਗਏ ਵੀਰ ਨੂੰ ਮੈਂ ਕਿਹਾ ਮਿੱਤਰਾ ਜੜੋਂ ਪੱਟ ਕੇ ਆਪਾਂ ਆਪਣੇ ਲਾ ਲੈਂਦੇ ਹਾਂ ਕਾਹਨੂੰ ਐਡਾ ਬੜਾ ਪਲਿਆ ਵਾ ਦਰਖਤ ਖਰਾਬ ਕਰਨਾ ਤਾਂ ਪੱਟ ਕੇ ਲਿਆ ਕੇ ਆਪਾਂ ਚੱਕਲੀ ਕੱਢ ਕੇ ਚੰਗੀ ਤਰ੍ਹਾਂ ਲਿਆ ਕੇ ਇੱਥੇ ਕੱਢਤੀਆਂ ਸੀਗੀਆਂ ਬੋਰ ਕੋਲ ਆਸ ਤਾਂ ਹੈ ਨਹੀਂ ਤੀ ਵੀ ਬੜੀਆਂ ਨੇ ਵੀ ਹਰੀਆਂ ਹੋ ਜਾਣਗੀਆਂ ਪਰ ਹੋ ਗਈਆਂ ਵਧੀਆ ਓਕੇ ਆ ਸਾਰੀ ਫਸਲ ਇਹ ਵੀ ਰਿਪੋਰਟ ਹੁਣ ਸਪਰੇਹਾਂ ਦੀ ਵਾਰੀ ਆ ਗਈ ਇਹਨਾਂ 'ਤੇ ਸਾਂਭ ਸੰਭਾਲ ਦੀ ਭੂਗੋਲੇ ਪੈ ਗਈਆਂ ਅਤੇ ਮੱਕੜੀ ਨੇ ਜਾਲਾ ਜੂਲਾ ਵੀ ਪਾ ਲਿਆ ਪਹਿਲਾਂ ਹੀ ਅਟੈਕ ਤੋਂ 1 ਸਪਰੇ ਕਰ ਦੇਣੀ ਆਪਾਂ ਅਟੈਕ ਹੋਏ ਤਾਂ ਕਰੀ ਦਾ ਕੋਈ ਫਾਇਦਾ ਨਹੀਂ ਮਿੱਤਰੋ ਫਿਰ ਤਾਂ ਜਾਨੋਂ ਬਿਮਾਰੀ ਆ ਜਾਂਦੀ ਆ